ਜੁੜੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਫੱਕਰ ਝੰਡਾ ਤੇ ਭਾਦਲਾ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਗਰਾਊਂਡ ਖਾਲੀ ਹੈ ਦੋਨੋਂ ਟੀਮਾਂ ਪਲੀਜ਼ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜਣ ਫੱਕਰ ਝੰਡਾ ਤੇ ਭਾਦਲੇ ਦੀਆਂ ਟੀਮਾਂ ਦੇ ਲਈ 2 ਮਿੰਟ ਦਾ ਸਮਾਂ ਹੈ ਜਲਦੀ ਨਾਲ ਇਹ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜਣ ਫੱਕਰ ਝੰਡਾ ਤੇ ਭਾਦਲਾ ਬਾਬਾ ਜੋਗੀ ਪੀਰ ਹਾਕੀ ਐਂਡ ਕਬੱਡੀ ਕਲੱਬ ਵੱਲੋਂ 5100 ਰੁਪਇਆ ਜਿਹੜਾ ਇਸ ਖਿਡਾਰੀ ਦੀ ਮਦਦ ਲਈ ਆਇਆ ਹੈ ਉਹ ਤੇ ਕਲੱਬ ਵੱਲੋਂ ਵੀ ਆਇਆ ਜਿਹੜੇ ਸਾਡੇ ਕਲੱਬ ਵਾਲੇ ਵੀਰਾਂ ਨੇ ਮੈਂ ਵੇਖਿਆ ਪਹਿਲਾਂ ਵੀ ਆਪਦੇ ਵੱਲੋਂ ਪਰਸਨਲ ਤੌਰ ਤੇ ਵੀ ਜਿਹੜੇ ਪੈਸੇ ਦਿੱਤੇ ਆ ਇਹਨਾਂ ਦਾ ਵੀ ਧੰਨਵਾਦ ਹੈ ਇਸ ਖਿਡਾਰੀ ਦੀ ਮਦਦ ਲਈ ਸਾਡੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਸਰਦਾਰ ਜਗਤਾਰ ਸਿੰਘ ਜੀ ਜੱਗੀ ਚਨੇਰ ਵੱਲੋਂ 500 ਰੁਪਇਆ ਤੇ 500 ਰੁਪਇਆ ਸਾਡੇ ਸਰਕਲ ਯੂਥ ਪ੍ਰਧਾਨ ਸਰਦਾਰ ਹਰਦੀਪ ਸਿੰਘ ਜੀ ਪਧਰਾਵਾਂ ਵੱਲੋਂ ਇਸ ਖਿਡਾਰੀ ਦੀ ਮਦਦ ਕੀਤੀ ਜਾਂਦੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਭਾਦਲਾ ਵਰਸਜ ਫੱਕਰ ਝੰਡਾ ਬੀ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਭਾਦਲਾ ਵਰਸਜ ਫੱਕਰ ਝੰਡਾ ਬੀ ਭਾਦਲਾ ਤੇ ਫੱਕਰ ਝੰਡਾ ਫੱਕਰ ਝੰਡੇ ਦੀ ਟੀਮ ਗਰਾਊਂਡ 'ਚ ਪਹੁੰਚ ਚੁੱਕੀ ਹੈ ਨੋਨਾ ਭੈਣੀ ਵੜਿੰਗ ਵਾਲਾ ਅੱਜ ਕਹਿੰਦੇ ਫੱਕਰ ਝੰਡੇ ਦੀ ਟੀਮ ਦੇ ਲਈ ਖੇਡੇਗਾ ਹਰਦੇਵ ਫੱਕਰ ਝੰਡੇ ਵਾਲਾ ਮੇਰੇ ਵੀਰੋ ਹਰਦੇਵ ਫੱਕਰ ਝੰਡੇ ਵਾਲਾ ਬਲਦੇਵ ਵਰਗੇ ਖਿਡਾਰੀ ਹਰਜੀਤ ਵਰਗੇ ਕਹਿੰਦੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਖਿਡਾਰੀ ਦੀ ਮਦਦ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਜੀ ਅਲੀਪੁਰ ਮੈਂਬਰ ਬਲਾਕ ਸੰਮਤੀ ਵੱਲੋਂ ਵੀ 500 ਰੁਪਏ ਦੀ ਮਦਦ ਦਿੱਤੀ ਜਾਂਦੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਨਾਚ ਝੋਟ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਨਰਿੰਦਰ ਸਿੰਘ ਜੀ ਤੁਲਵਾ ਮੈਂਬਰ ਮਾਰਕੀਟ ਕਮੇਟੀ ਸੰਦੌੜ ਵੱਲੋਂ ਵੀ 500 ਰੁਪਏ ਇਸ ਖਿਡਾਰੀ ਦੀ ਮਦਦ ਕੀਤੀ ਜਾਂਦੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆ ਖਿਡਾਰੀ ਜਿਹੜਾ ਨੌਜਵਾਨ ਮੇਰੇ ਕੋਲ ਹੈ ਵੇਵ ਵਰਲਡ ਕਬੱਡੀ ਲੀਗ ਦੇ ਵਿੱਚ ਤੁਸੀਂ ਮੇਰੇ ਵੀਰੋ ਖੇਡਦਾ ਵੇਖਿਆ ਹੈ ਹਰਜੀਤ ਫੱਕਰ ਝੰਡੇ ਵਾਲਾ ਵੀ ਕਹਿੰਦੇ ਅੱਜ ਇਸ ਖੇਡ ਮੈਦਾਨ ਦੇ ਵਿੱਚ ਖੇਡ ਰਿਹਾ ਹੈ ਹਰਦੇਵ ਫੱਕਰ ਝੰਡੇ ਵਾਲਾ ਪੁੱਜਾ ਹੋਇਆ ਹੈ ਇਧਰ ਇੰਦਾ ਸਰਪੰਚ ਨੱਥੋ ਏੜੀ ਵਾਲਾ ਅੱਜ ਫੱਕਰ ਝੰਡੇ ਦੀ ਟੀਮ ਦੇ ਲਈ ਕਬੱਡੀਆਂ ਪਾਊ ਤੇ ਨਾਲ ਕਹਿੰਦੇ ਨਾਟ ਝੋਟ ਛਪਾਰ ਵਾਲਾ ਕਬੱਡੀਆਂ ਪਾਊ ਮੇਰੇ ਵੀਰੋ ਅੱਜ ਸਿਰੇ ਦੇ ਜਿਹੜੇ ਮੈਚ ਹੋਣਗੇ ਜੇ ਤੇ ਤੁਹਾਨੂੰ ਅੱਜ ਹੁਣ ਤੱਕ ਜਿੰਨੇ ਕਿ ਸਟਾਰ ਪਹੁੰਚਿਆ ਵਧੀਆ ਲੱਗੇ ਤਾੜੀ ਮਾਰ ਦਿਓ ਸਾਰਿਆਂ ਨੂੰ ਵਧੀਆ ਲੱਗੇ ਤੁਸੀਂ ਪਿੱਤਰੀ ਇੰਨਾ ਕਰਦੇ ਹੋ ਕਬੱਡੀ ਵਾਲਿਆਂ ਨੂੰ ਜੇ ਕਬੱਡੀ ਵਾਲਿਆਂ ਦੇ ਝਰੀਟ ਵੀ ਵੱਜਦੀ ਹੈ ਤੁਹਾਡੇ ਦਿਲ ਤੇ ਸੱਟ ਲੱਗਦੀ ਹੈ ਇਹ ਗੱਲ ਤਾਂ ਪੱਕੀ ਹੈ ਕਿਉਂਕਿ ਤੁਸੀਂ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਹੋ ਪੰਜਾਬੀਓ ਨਾ ਤਾਂ ਇੰਨਾ ਇਕੱਠ ਕਿਤੇ ਹੋਇਆ ਮਾਲਵੇ ਜਿੰਨਾ ਅੱਜ ਵੀ ਆਹ ਵੀ ਜਿਹੜਾ ਇਕੱਠ ਹੈ ਜੀ ਰਿਕਾਰਡ ਤੋੜ ਇਕੱਠ ਹੈ ਕੁਠਾਲੇ ਪਿੰਡ ਦੇ ਵਿੱਚ ਉਧਰ ਕਹਿੰਦੇ ਬੰਦਾ ਬੰਦੇ ਦੀ ਦਾਰੂ ਹੈ ਇਸ ਖਿਡਾਰੀ ਦੀ ਮਦਦ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਦੂਰੋਂ ਆ ਕੇ ਇਹਨਾਂ ਦੀ ਮਦਦ ਕਰਨ ਲਈ ਪਹੁੰਚੇ ਨੇ ਬਲਵੰਤ ਸਿੰਘ ਜੀ ਚੌਂਕੀ ਮਾਨ ਉਹਨਾਂ ਵੱਲੋਂ 1000 ਰੁਪਇਆ ਇਸ ਖਿਡਾਰੀ ਦੀ ਮਦਦ ਕੀਤੀ ਜਾਂਦੀ ਹੈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜਿਹਨੇ 1 ਰੁਪਇਆ ਦਿੱਤਾ ਭਾਵੇਂ 1000 ਦਿੱਤਾ ਸਾਰਿਆਂ ਦਾ ਇੱਕ ਬਰਾਬਰ ਧੰਨਵਾਦ ਹੈ ਤੁਹਾਡਾ ਦਿੱਤਾ ਹੋਇਆ 1-1 ਰੁਪਇਆ ਸੱਚੇ ਪਾਤਸ਼ਾਹ ਜਾਣਦਾ ਹੈ ਕਿਉਂਕਿ ਜਿਹੜੀ ਕਬੱਡੀ ਦੇ ਖਿਡਾਰੀਆਂ ਦੀ ਜ਼ਿੰਦਗੀ ਹੈ ਮੇਰੇ ਵੀਰੋ ਹਰਪਿੰਦਰ ਨੇ ਪਹਿਲਾਂ ਹੀ ਗੱਲ ਆਖੀ ਹੈ ਜਿੰਨਾ ਟਾਈਮ ਉਂਗਲੀ ਖੜੀ ਹੈ ਉਹਨਾਂ ਟਾਈਮ ਹੀ ਸਲਾਮ ਹੈ ਜਦੋਂ ਕਹਾਣੀ ਖਤਮ ਹੋ ਗਈ ਤੇ ਕੋਈ ਨਹੀਂ ਪੁੱਛਦਾ ਚੜ੍ਹਦੇ ਸੂਰਜ ਨੂੰ ਸਲਾਮ ਇਹ ਦੁਨੀਆ ਦਾ ਦਸਤੂਰ ਹੈ ਹੈਲੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਿਕੰਦਰ ਸਿੰਘ ਜੀ ਪੌਪੀ ਸਰਪੰਚ ਪਿੰਡ ਕਾਸਾਪੁਰ ਸਾਡੇ ਇਸ ਖੇਡ ਮੇਲੇ ਦੇ ਵਿੱਚ ਪਹੁੰਚੇ ਨੇ ਇਹਨਾਂ ਦਾ ਇੱਥੇ ਪਹੁੰਚਣ 'ਤੇ ਹਾਰਦਿਕ ਸਵਾਗਤ ਕਰਦੇ ਹਾਂ ਜੀ ਜੀ ਆਇਆਂ ਆਖਦੇ ਹਾਂ ਬਹੁਤ ਬਹੁਤ ਧੰਨਵਾਦ ਸਰਦਾਰ ਸਿਕੰਦਰ ਸਿੰਘ ਜੀ ਪੌਪੀ ਸਰਪੰਚ ਪਿੰਡ ਕਾਸਾਪੁਰ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਤੇਜ਼ੀ ਦੇ ਲਈ ਮਾਇਆ ਦਿੱਤੀ ਹੈ ਭਾਦਲੇ ਦੀ ਟੀਮ ਨੂੰ ਬੇਨਤੀ ਆ ਵੀ ਉਹ ਗਰਾਊਂਡ ਦੇ ਵਿੱਚ ਪਹੁੰਚੇ ਭਾਦਲੇ ਦੀ ਟੀਮ ਅਸੀਂ ਬਾਬਾ ਜੋਗੀ ਪੀਰ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰਾਂ ਦਾ ਕੁਠਾਲੇ ਪਿੰਡ ਦਾ ਸਾਰੇ ਦਰਸ਼ਕਾਂ ਦਾ ਪ੍ਰਦੀਪ ਭਲਵਾਨ ਉਹਨਾਂ ਦਾ ਤਰਨ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਆਪਣੇ ਸਾਥੀ ਦੇ ਨਾਲ ਅੱਜ ਖੜੇ ਹੈ ਉਹਦੇ ਔਖੇ ਟਾਈਮ ਦੇ ਵਿੱਚ ਹਰ ਜਿਨ੍ਹਾਂ ਦਰਸ਼ਕਾਂ ਨੇ ਥੋੜੀ ਤੋਂ ਥੋੜੀ ਜ਼ਿਆਦਾ ਤੋਂ ਜ਼ਿਆਦਾ ਮਦਦ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਦਲੇ ਦੀ ਟੀਮ ਆ ਗਈ ਜੀ ਭਾਦਲਾ ਭਾਦਲੇ ਦੀ ਟੀਮ ਹੈ ਤਾਂ ਗਰਾਊਂਡ ਦੇ ਵਿੱਚ ਨਹੀਂ ਆਈ ਬਾਈ ਜੀ ਭਾਦਲੇ ਦੀ ਐਂਟਰੀ ਆਈ ਹੋਈ ਹੈ ਆਈ ਹੋਈ
भादले की टीम को बेनती है भी वह ग्राउंड आ जाए, आप दर्शकों का भी थोड़ा ख्याल रखिए, नहीं भीड़ खड़ना बहुत औखा हो जाता है, आप रैले तुरे फिरते हैं पर इतने खड़ना बहुत औखा है, हुण तो गर्मी भी होगी। हाथ बन के बेनती है भादले की टीम को भी वह ग्राउंड जल्दी दे नाल पहुंचे, जे नहीं खेडना सानू तां भी दस दिओ जी, आप अगलिया टाइया पा के आप अगले मैच करवा दईए। भादले की टीम बिना किसी देरी ते ग्राउंड पहुंचे, भादले की टीम को बेनती है, प्रदीप उन्होंने मेरी बेनती है भी जिहड़े पैसे इकट्ठे होए एक बार इकट्ठे करके सारे दस दईए आप संगत को, सारे किन्ने पैसे अज इत्थे इकट्ठे होए है, सारे का बहुत बहुत धन्यवाद है थोड़े इस प्यार सदका, तुहाडे सत्कार सदका सदा ऋणी रहांगे। जदों भी असी कितने भी टूरनामेंट से आवाज दी है भी आप प्लेयर की हैल्प करनी है, किसी प्लेयर से सट लग जाती है तो लोग वध चढ़ के सहयोग पाते हैं, वध चढ़ के मदद करते हैं, बंदा बंदे की दारू होंदा कि माड़ा टाइम भी चंगा होंदा जो सब की परख करा जाता, पर थोड़ा बहुत बहुत धन्यवाद है दर्शकों, तुम कबड्डी प्यार करते हो, 500-400 खर्च के ही आने हो तो फिर भी इतने आके कई बार जो टीम नहीं होंगे जिमें आह टीम नहीं आ रही तो फिर स्वाद वाली गल नहीं होंगी। भादले की टीम लास्ट बेनती है, लास्ट बेनती है जी भादले की टीम नूं। हाँ जी वीर जी, ये दूसरे राउंड मैच चल पे कि भुलेखे च ना बैठे, हुण भादले की टीम पहला खेड के गई है भादला ते फकर चंडा, दूजे राउंड का मैच खेडा जाना जी, एक एक के दो खेडे जाने अपने दो जी, दो दो मैच खेडे जाणगे, जनसर चुल्ली वाल दा किहदे नाल मैच है जी, बाबा हरनामदास क्लब जंगियाणा नाल जी, जंगियाणा ते ठुल्ली वाल दा दूसरा मैच होना है। फकर झंडे की टीम पुजी हुई है, भादले की टीम के प्लेयर प्लीज जल्दी ना खेड मैदान दे विच पुजन, नाट चोट ला भी नाट चोट है इधर नूं हो नौजवान है जेडे नाट चोट की खेड नूं प्यार करदे ताड़ी मार के दस्यो, नाट चोट मेरे वीरो इलाके दे लोग है जेडे तैनूं प्यार करदे ते इन्हां दे नाल प्यार इसे तरह ही बना के रखना नौजवान, ये जेडे इलाके दे लोग ही हुंदे है जेडे तां चकदे है ते तुहाडा सारयां दा धन्नवाद है जेडे तुसीं इस खिडारी नूं प्यार करदे हो। वैसे नाट चोट जेड़ा बंदा है फकर जे सुभाअ दा बंदा है, हर एक गल ते जी जी कहण वाला बंदा है, हाँ जी नहीं जी 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 कहिंदा बंदा वधिया है, गुरु महाराज मेहर करे अरदास करो भी कनेडा इंग्लैंड खेड आवे जरूर। और मेरी बेनती भादले की टीम को बेनती है भी वह ग्राउंड पहुंचे, भादले की टीम, भादले की टीम बिना किसी देरी ते ग्राउंड पहुंचे, भादले की टीम उन्हों का मैच फकर झंडे के नाल खेडा जाना है, फकर झंडा ग्राउंड बैठी है, भादला हजे तक ग्राउंड नहीं आई, ठूलीवाल ते जंगियाणे दीआं टीमां भी अगले मैच के लिए ग्राउंड आ जाण, ठूलीवाल ते जंगियाणे दीआं टीमां नूं बेनती है। भादले वाले आ रहे हैं तो दस्सो दर्शकों आ रही टीम इधर कोई हैगी है जी, भादला पहला खेडी है प्रबंधक, दो मिनट का समा फौजी है, दो मनी दो मिनट का टाइम दे दे क्योंकि दर्शक वीरो आ जिहड़े मैच हो रहे हैं दो मैच क्वार्टर फाइनल होने हैं, दो टीमां नूं बाई मिल गई दड़वा ते दूजे पासे टीम कौके नूं, आ जिहड़े मैच होने आ क्वार्टर ते इहदू बाद दो जिहड़े सैमी खेडे जाणगे ते फिर एक फाइनल, मैच सिरे दे होणगे 30-30 पॉइंट दे के मैच करवावांगे, सारयां नूं सवाद दे के जावांगे, ट्रैक्टरां दा भी प्रबंधक सवाद लैणगे, पर बेनती है टीमां वाले हुण तुसीं ग्राउंड दे विच आ जाओ, तुहाडे अगे हथ बन के बेनती करदे हां क्योंकि जाल आ जिहड़ा वह थोड़े टाइम का ही है, मैनू पता लग गया इन्हों का भी कोई कसूर नहीं, क्योंकि जे कबड्डी होंगी हो खड़े रेंदे वो ता दे नाल उहदे सरूर दे नाल कबड्डी दे सरूर दे नाल, जदों ग्राउंड ही खाली है भी की करन बेचारे धक्के ही देने इन्होंने भी। हथ बन के बेनती है कबड्डी के खिडारियों नू भादले की टीम ठुल्लीवाल ते जंगियाणा, ठुल्लीवाल ते जंगियाणा दोनों टीम आ जाण, कट दी है जी आ कट्टो जी भादले की टीम, फकर झंडा सैमीफाइनल च पहुंच गई, 5 तरीक ख्वाजगा लुधियाने दे विच पिंड है लुधियाने राहो रोड ते, जिथे कहिंदे खंट वाले मान दा खुल्ला खड़ा लगना, हरदीप बलाले वाला है साडा वीर रवि सरपंच होनी ख्वाजगे वाले सदा दे रहे हैं, जो खिडारी इत्थे खेडण आए ने टीमां दे रूप दे विच उहनां नूं साडी प्रबंधक कमेटी वल्लों इह बेनती है
कि जल्दी तो जल्दी ग्राउंड दे विच आके तुसीं खेड शुरू कर दिया करो। दर्शक बहुत ही देख लो किस तरह तुहानूं देखण लई खड़े ने, इन्हां दा असीं देण नहीं दे सकते, दर्शकां दा औखे हो के खड़ के तुहानूं देखण लई आए ने। जदों तुसीं नहीं आउंदे सेती तां इन्हां दे दिल ते जो बीतती है तुहानूं आप जाणी होना चाहीदा। इस लई साडे कोले लाइटां दा बहुत प्रबंध है, असीं किसे नूं घट टाइम जे सोचदे होवोंगे वी दो दो रेडां करके कबड्डी होजू, नहीं होनी, असीं पूरियां रेटां पवावांगे, फिर ट्रैक्टर देने ने, रेटर भी कढ़ने ने ते जाफी भी कढ़ने ने वीरो। इस लई खिडारियां नूं बेनती है असीं लाइटां लावांगे, चाहे दो बज जाण फिर खेडना पऊगा तुहानूं, जे समय नाल खेड लोगे तां तुहाडा ही फायदा। मेरी बेनती थोली वाल ते जंगी आना प्लीज दोनों टीमां, क्योंकि बहुत टाइम पास हो गया, बहुत टाइम पास हो गया है। दर्शक बड़ी बेसबरी दे नाल इंतजार कर रहे हैं, दोनों टीमां प्लीज जल्दी ना खेड मैदान विच पुज्जण। थोलीवाल ते जंगियां दीआं टीमां नूं मेरी बेनती है जल्दी ना टीमां जिहड़ियां खेड मैदान विच पुज्जण। बलबीर सिंह जी प्रधान, गुरलेली गुरलेवीली लवली प्लीज स्टेज ते आओ तां जो असी कुछ शख्सियतां दा सन्मान कर सकीए। टीमां वालियां नूं फिर बेनती है भाई आ जाओ ग्राउंड, टीमां हाथ जोड़ के बेनती है, जंगी आना ते ठुल्ली आला दोनों टीमां जल्दी ना खेड मैदान दे विच पुज्जण। 5 तरीक खवाजके दे कबड्डी कप दी है जिथे 77,000 रुपया, 77,770 रुपये फास्ट प्राइज है, सैकेंड प्राइज 55,555 रुपये है। रवि सरपंच खवाजके वाला है, सदी उणी साडे वीर आप सब नूं सद्दा दे रहा है खवाजके दे कबड्डी मेले का, जिथे खंट वाले मान का खुला पाड़ा मेरे वीर लुधियाने दे विच लगेगा, लुधियाना राहो रोड ते है, मुल्लापुर तो वखो वखरे कहिंदे बसा भी जिहड़ियां फ्री ला दित्तियां रवि सरपंच उन्होंने भी दर्शकों के जाने के लिए बड़े प्रबंध, लुधियाने तो बस स्टैंड तो भी बसा जिहड़ियां खवाजके दे विच जाणगियां। अज कठाले दे विच मेला ते टीमां वालियां नूं फिर बेनती है बाबा जी बहुत टाइम पास हो गया प्लीज ग्राउंड जाजो। ओ बाबे ओ बाबा एक जमा ही तां पतंदर टीसी वाला बेर ही बन गया। बेनती है जी थले आ जाओ, बेनती कोई है अच्छा बेनती कर सकते हैं, ताड़ी मार दो यार। कहिंदा घोड़े की थां मोटरसाइकल, तीर की थां पिस्तौल लिया, सिंह साहब की ग्रेट है। देखो प्यार है मन गया, जे अड़ू पान हुंदा बैठा रहिंदा, प्यार सत्कार दे नाल ही है सारा कुछ। इत्थे बहुत बहुत धन्नवाद साडे भाई दा जिहड़ा थले उतरिया है, प्यार दे नाल ही आपां मेला वेखणा, क्योंकि इन्ना वधिया प्रबंध कीता गया है, काठी जादे हो गया। पर बेनती है टीमां वालियां नूं, एक मिंट जी, बहुत ही सानू खुशी की गल है कि साडे विच परमिंदर ढींसा साहब जी नहीं पहुंच सके बहुत रझेवियां करके, इसलिए उन्हां वल्लों साडे विच सतगुर सिंह जी नमोल, हरदीप सिंह जी खटड़ा, उन्हां वल्लों इन्हां नूं मैसेज लग्या कि 50,000 रुपया क्लब नूं उह देणगे जी, असीं उन्हां दे बहुत बहुत धन्नवादी हाँ। वाहिगुरू जी का खालसा श्री वाहिगुरू जी की फतेह। अठ अप्रैल संघेड़िया के मेले की है, 61,000 41,000 के प्राइज जिहड़े दित्ते जाणगे। इस साल ट्रैक्टर रायकोट तो शुरू हुए है, तो रायकोट वाले ने फिर ऐलान कर दिता है भी 16 फरवरी रायकोट की बूटा छापा जी, 16 ही तरीक है, 16 तरीक होगी। तो कहने 61 ट्रैक्टर ते पिछे रूटा वीटर सैटा कहानी मार दो ताड़ियां। लोगों वालों तो सैटा पर टीमों वालों नहीं सैट, टीम वाली कहानी, टीमों पता नहीं की गल हुई है, फिर तू ही कह लोग है बेचारे इन्हों के घरे जाके गाला पैनिया सारिया के एक बढ़े, चाहे कोई बुजुर्ग है चाहे कोई नौजवान है, कोई पट्ठे नहीं पा के आया, कोई कोई पानी नहीं पिया के आया, कोई कुछ नहीं करके आया, कोई घर का कोई काम के ने आटे का पीण सट के आना ही के ने कुछ करना सी। पर कबड्डी वाले तुसी कले कबड्डी ते है घरों भी खुल मिली हुंदी आ भी मुंडे ने कबड्डी खेडनी आ, डक्का नहीं तोड़ना, पट्ठे भी नहीं लैके आने, सन्नी भी नहीं लाउणी, संगल भी नहीं ऐ मझदा हो करना,
पर कबड्डी वालों को बेनती है तुम घरद्या वालों कले कबड्डी ते हो हाथ बन के बेनती आ इन्हां लोगों बारे सोचो जेडे कबड्डी नूं प्यार करते हुए देखो किड्डी दूरों आए है ते आपदी भी नहीं परवाह करते देखो किहड़े हिसाब नाल चार छपेरे खड़े है हवा बगी जांदी आ पतंदर फिर भी दरख्तां ते चढ़े बैठे है एक क्रेज आ कबड्डी का जे अज मालवे की धरती के नाम रखे जाते हैं मालवे की धरती के प्राइज रखे जाते हैं कट्ठ बहुत हुंदा है पर आपां थोड़ा इन्हां बारे सोचिए मेरी बेनती जंगियाणा ते ठूली वाल दी टीमां नूं एक मिनट का टाइम है जी ये दोनों टीमां ग्राउंड दे विच आ जाण ते सैमीफाइनल दे मैचां दे विच 30-30 पॉइंट देने आ जी 30-30 पॉइंट बेनती है टीमां नूं आजो बई आजो हुण जलाल वाला कही तां जांदा कौडी वाले जदों मैं कुछ बोल दिंदा बाद च मैनूं सियाणा जिहा बणाई जाणगे तूं रहिण दिया कर कौडी बड़ा टाइम नहीं जे आ हालात रहे बेनती है बचा लो मैं तो बोलदा ते बाद च मैनू लोकी गालां कढ़दे है गालां कढ़न वालियां दा भी धन्नवाद है हैलो पर मैं नहीं चाहुंदा कौडी चाह कुछ होवे हां जी एक मिनट साडे बहुत ही सत्कारयोग शख्सियत सरदार सतगुर सिंह जी नमोल जिला प्रधान यूथ अकाली दल उन्हां दा सन्मान होण जा रहा है उन्हां दा सन्मान करन दे लई साडे मानयोग श्री लवली जी क्लब दे प्रधान बलबीर सिंह उन्हां दे नाल वैद निहाल सिंह जी जंगियाणा ते ठूलीवाल एक मिनट रोक के रखो एक मिनट अगला जो सन्मान है सरदार हरदीप सिंह खटड़ा एक्स चेयरमैन मार्केट कमेटी मलेरकोटला उन्हां दा सन्मान साडे मानयोग बलबीर सिंह लवली अते समूह क्रीम वल्लों इस तों अगला सन्मान कमलजीत सिंह जी हाथन यूथ अकाली दल उन्हां दा सन्मान करन दे लई साडे मानयोग खटड़ा साहब उस तो बाद भाई कहना 9 बजे दा खड़ा हाँ सरपंच कुलदीप सिंह जी दा सन्मान होने जा रहा है सरपंच कुलदीप सिंह जी 9 बजे दा सरपंच कुलदीप सिंह जी दा सन्मान खटड़ा साहब ते समुची क्रीम उस तो बाद सरदार हरदीप सिंह खटड़ा दा जी का सन्मान साढ़े मानयोग सरदार बलबीर सिंह जी बहादुर सिंह जी डॉक्टर निहाल सिंह जी अते समुची क्रीम खटड़ा साहब का सन्मान कर जा रही है प्लीज भाई अगे बूटा सिंह जी बूटा छापा जी जो एम सी रायकोट के प्रधान ने म्यूनसिपल कमेटी रायकोट के बूटा छापा जी उन्हां दे नाल ही डॉक्टर अमर अमजद कठाला वीरे प्लेयरां नूं आ लैण दो यार इत्थे हाथी जोड़ के बेनती है प्लेयरां नूं आ लैण दो बूटा छापा जी ओ भाई मन जो ना एमसी प्रधान रायकोट पलवाना उत्थे बंदे कैम कर ला मन जो ओ मन जो भाई कोई नहीं चलदा मैं डॉक्टर अमर करदा थोड़ा कठाला 2 मिंट रुक जो ਤੁਹਾਡੇ ਨਾਲ ਹੀ ਹੈ ਤੁਹਾਡੇ ਨਾਲ ਉਹ ਬਾਈ ਕਹਿੰਦਾ 9 ਵਜੇ ਦਾ ਆਇਆ ਉਹਨਾਂ ਦੇ ਨਾਲ ਹੀ ਡਾਕਟਰ ਅਮਜਦ ਕੁਠਾਲਾ ਜੀ ਜਿਨ੍ਹਾਂ ਦਾ ਸਨਮਾਨ ਸ੍ਰੀ ਖੱਟੜਾ ਜੀ ਕਰ ਰਹੇ ਨੇ ਬਾਤ ਬਾਤ ਉਹਨਾਂ ਦੇ ਨਾਲ ਹੀ ਨਿੰਦਰਪਾਲ ਸਿੰਘ ਸੁੱਲੀਵਾਲ ਉਹਨਾਂ ਦਾ ਸਨਮਾਨ ਸ੍ਰੀ ਖੱਟੜਾ ਜੀ ਸੁੱਲੀਵਾਲ ਦੀ ਟੀਮ बहुत बहुत धन्यवाद इन्हां सत्कारयोग शख्सियतां ने साडे इस खेड मेले दे विच पहुंच के साडे रौनक नूं बताया ठूलीवाल भाई एक गल दस दिओ मेरी जे कौडी च आ हालात रहे कौडी चलू खिडारी वीरो एडा वड्डा मेला ए इन्हां दर्शकां दीआं कलकारियां सुणन वास्ते नहीं रख्या असीं तुहाडी इस जौहरां नूं देखण दे वास्ते रखिया इन्नियां बेनतियां ना करवाओ प्लीज़ जल्दी ग्राउंड दे विच आओ जी
ਠੁੱਲੀ ਆਣ ਦੀ ਟੀਮ ਆ ਜੋ ਬਾਈ ਇੱਕ ਗੱਲ ਹੋਰ ਦੱਸ ਦਿਓ ਥੋੜਾ ਤੁਹਾਨੂੰ ਨੈਟ ਲੁੱਟ ਦੇ ਪਤਾ ਲੱਗ ਜਾਂਦਾ ਮੈਂ ਝੂਠ ਬੋਲਦਾ ਉਹਨਾਂ ਕਿ ਸੱਚ ਦੱਸ ਦਿਓ ਮੈਨੂੰ ਜਿਹੜੇ ਗਾਲਾਂ ਕੱਢਦੇ ਆ ਉਹਨਾਂ ਦਾ ਵੀ ਧੰਨਵਾਦ ਹੈ ਪਰ ਕੌਡੀ ਅੱਜ ਵੀਰੇ ਕਬੱਡੀ ਦਾ ਉਹ ਹਾਲਾਤ ਹੈ ਲੋਕੀ ਇਹਨਾਂ ਨੇ ਵਿਚਾਰਿਆਂ ਨੇ ਆ ਭਲਵਾਨ ਦੇ ਕਿੰਨੇ ਫੋਨ ਆਉਂਦੇ ਬਾਈ ਟੀਮਾਂ ਆ ਜਾਣਗੀਆਂ ਇਹਨਾਂ ਨੇ ਕਿੰਨਾ ਪਿੰਡ ਚੋਂ ਪੈਸੇ ਇਕੱਠੇ ਕੀਤੇ ਦਿਨ ਪਰ ਰਾਤ ਬਾਹਰਲਿਆਂ ਨੂੰ ਫੋਨ ਕਰ ਪਿੰਡ 'ਚ ਪੈਸੇ ਮੰਗਣੇ ਬਹੁਤ ਔਖੇ ਆ ਤੇ ਉਹ ਲੋਕ ਜਿਹੜੇ ਵਿਚਾਰੇ ਮਹੀਨੇ ਦੇ ਕਠਾਲੇ ਜਾਣਾ ਟਰੈਕਟਰ ਆ ਬੈਠੇ ਲੋਕੀ ਗਾਲਾਂ ਕੱਢੀ ਜਾਂਦੇ ਕੋਈ ਯਾਰ ਕਬੱਡੀ ਹੈ ਇਹ ਕੋਈ ਸਵਾਦ ਨਹੀਂ ਆਉਂਦਾ ਮੇਰੀ ਬੇਨਤੀ ਹੈ ਹੈਲੋ ਟੀਮਾਂ ਨੂੰ ਪ੍ਰਦੀਪ ਟੁੱਲੀ ਵਾਲੇ ਖਿਡਾਰੀ ਵੀਰੋ ਆ ਜਾਓ ਗਰਾਊਂਡ ਦੇ ਵਿੱਚ ਦਰਸ਼ਕ ਬਹੁਤ ਹੀ ਤੁਹਾਨੂੰ ਦੇਖਣ ਲਈ ਉਤਾਵਲੇ ਨੇ ਕਿਉਂ ਤੁਸੀਂ ਇਹ ਕਰ ਰਹੇ ਹੋ ਯਾਰ ਐਡਾ ਵੱਡਾ ਇਕੱਠ ਹੈ ਤੁਹਾਨੂੰ ਦੇਖ ਲਓ ਤੁਹਾਡੇ ਪ੍ਰਦਰਸ਼ਨ ਦੇਖਣ ਲਈ ਇੱਥੇ ਪਹੁੰਚੇ ਨੇ ਹੈਲੋ ਮੈਂ ਦਰਸ਼ਕ ਵੀਰਾਂ ਨੂੰ ਦੱਸਣਾ ਚਾਹੁੰਦਾ ਬੀਸੀਆਰ ਸਟੇਡੀਅਮ ਨਿਹਾਲ ਸਿੰਘ ਗੱਲ ਤੋਂ ਲੈ ਕੇ ਆਉਂਦੇ ਜਿਹੜੇ ਲਿਆਉਂਦੇ ਨੇ ਰਾਤੋਂ ਰਾਤ ਜਾ ਕੇ ਕਲੱਬ ਮੈਂਬਰ ਲੈ ਕੇ ਆਏ ਨੇ ਜੇ ਖਿਡਾਰੀਆਂ ਦੇ ਇਹੀ ਹਾਲ ਰਿਹਾ ਤਾਂ ਸਾਨੂੰ ਕੋਈ ਸਖ਼ਤ ਫੈਸਲਾ ਲੈਣਾ ਪਊਗਾ ਪਲੀਜ਼ ਮੇਰੀ ਬੇਨਤੀ ਆ ਜਿਹੜੇ ਇੱਥੋਂ ਪਲੇਅਰ ਆ ਰਹੇ ਆ ਉਹਨਾਂ ਨੂੰ ਆ ਲੈਣ ਦਿਓ ਜਿਹੜੇ ਪਲੇਅਰ ਆ ਰਹੇ ਆ ਬਾਕਸਰਾਂ ਨੂੰ ਬੇਨਤੀ ਆ ਥੋੜਾ ਪਲੇਅਰਾਂ ਨੂੰ ਲੰਘ ਲੈਣ ਦਿਓ ਅਸੀਂ ਅਗਲੇ ਸਾਲ ਲੜੀਆਂ ਜੀ ਭਰੀਆਂ ਗੱਲਾਂ ਕਰਦੇ ਸੀ ਪਰ ਸਾਨੂੰ ਲੱਗਦਾ ਵੀ ਟਰੈਕਟਰ ਵੀ ਕੈਂਸਲ ਕਰਨੇ ਪੈਣਗੇ ਮੇਨ ਸਟੇਜ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਸਨਮਾਨ ਬਾਅਦ ਵਿੱਚ ਕਰ ਲਿਓ ਹੁਣ ਥੋੜ੍ਹੇ ਟਾਈਮ ਵਾਸਤੇ ਮਾਈਕ ਜਿਹੜਾ ਬੰਦ ਹੀ ਕਰ ਦਿਓ ਇੱਕ ਮੈਚ ਦੇ ਟਾਈਮ ਵਾਸਤੇ ਸਨਮਾਨ ਰੋਕ ਦਿਓ ਤੇ ਮੈਚ ਨੇੜੇ ਸਵਾਦ ਨਾਲ ਦੇਖ ਲੈਣ ਤੋਂ ਬਹੁਤ ਚਿਰ ਹੋ ਗਿਆ ਲੋਕਾਂ ਨੂੰ ਬੈਠਾਂ ਨੂੰ ਬੇਨਤੀ ਹੈ ਕਬੱਡੀ ਵਾਲਿਓ ਖੁੱਲਾ ਟਾਈਮ ਦੇ ਰਾਜਮੰਤਰਾ ਵੀਰੇ ਖੁੱਲਾ ਪਲੀਜ਼ ਜੇ ਕਬੱਡੀ ਵਾਲਿਆਂ ਨੇ ਇੱਦਾਂ ਹੀ ਕਰਨਾ ਪ੍ਰਬੰਧਕ ਕਹਿੰਦੇ ਅਸੀਂ ਟੂਰਨਾਮੈਂਟ ਹੀ ਕੈਂਸਲ ਕਰ ਦਿੰਦੇ ਹਾਂ 30-30 ਕੌਡੀਆਂ ਦੇ ਦਿਓ ਵੀਰੇ ਦਰਸ਼ਕਾਂ ਨੂੰ ਬੇਨਤੀ ਆ ਤਾੜੀਆਂ ਲਾ ਦਿਓ 30-30 ਕੌਡੀਆਂ ਠੁੱਲੀ ਵਾਲ ਜਿੰਨੇ ਵੀ ਹੁਣ ਮੈਚ ਹੋਣਗੇ ਚਾਰ ਮੈਚ ਹੋਣੇ ਆ ਦੋ ਸੈਮੀ ਹੋਣੇ ਆ ਤੇ ਫਾਈਨਲ ਨੂੰ ਤਾਂ 40-40 ਦੇਵਾਂਗੇ ਜਿੰਨਾ ਤੁਹਾਡਾ ਦਿਲ ਕਰੂ ਕੌਡੀਆਂ ਓਨੀਆਂ ਦੱਸ ਦਿਓ ਆਪਾਂ ਓਨੀਆਂ ਕਹਿ ਕੇ ਖੜਾਵਾਂਗੇ ਇੱਕ ਤਾੜੀ ਮਾਰ ਦਿਓ 1.5-1.5 ਲੱਖ ਦਾ ਟਰੈਕਟਰ ਦੇਣਾ ਤੇ ਨਗਦੀ ਪੈਸੇ ਵੀ ਦੇਣੇ ਆ ਇਨਾਮ ਚ ਸਾਰਿਆਂ ਨੇ ਨਹੀਂ ਕੌੜਾ ਨਹੀਂ ਬੋਲਦਾ ਮਿੱਠੇ ਆ ਵੀਰੇ ਸਾਰੇ ਖਿਡਾਰੀ ਵੀਰ ਸੁਣ ਲੈਣ ਮੈਂ ਬੋਲਣ ਨੂੰ ਪਹਿਲਾਂ ਹੀ ਬਦਨਾਮ ਆ ਵੀ ਬਹੁਤ ਰੁੱਖਾ ਬੋਲਦਾ ਇੱਕ ਗੱਲ ਇਹ ਕਲੀਅਰ ਆ ਵੀ ਜੇ ਕਬੱਡੀ ਵਾਲੇ ਇੱਕ ਨਹੀਂ ਕਰਨਗੇ ਸਾਡੀ ਸਕੀਮ ਸੀ ਲੰਡੀਆਂ ਜੀਪਾਂ ਦੀ ਅਨਾਊਂਸਮੈਂਟ ਕਰਨ ਦੀ ਉਹ ਜੀਪਾਂ ਦਾ ਅਸੀਂ ਕੈਂਸਲ ਕਰਨੀਆਂ ਨੇ ਅੱਜ ਵਾਲਾ ਟੂਰਨਾਮੈਂਟ ਵੀ ਅਗਲੀ ਟੀਮ ਨੇ ਇੱਕ ਨਹੀਂ ਕਰਿਆ ਕੈਂਸਲ ਹੋ ਜੂ ਜਿਹੜੀਆਂ ਖੇਡੀਆਂ ਨੇ ਟੀਮਾਂ ਉਹ ਦੂਜੀਆਂ ਟੀਮਾਂ ਨੂੰ ਇਹ ਗੱਲ ਸਮਝਾ ਦੇਣ ਖਿਡਾਰੀ ਜੇ ਲੋਕ ਖਿਡਾਉਂਦੇ ਨੇ ਤਾਂ ਖਿਡਾਰੀ ਬਣਦੇ ਨੇ ਨਹੀਂ ਉਹ ਨਹੀਂ ਬਣਦੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਇਹ ਜਾ ਕੇ ਘਰੇ ਮੈਸਾਂ ਸਾਹਮਣ ਆਪਦੀਆਂ ਖੇਤੀ ਕਰਨ ਪੈਸੇ ਲਾਏ ਨੇ ਕਲੱਬ ਵਾਲਿਆਂ ਨੇ ਜਵਾਕਾਂ ਨੇ ਕਰ ਲੋਕਾਂ ਨੇ ਜੇਬਾਂ ਚੋਂ ਕੱਢ ਕਰ ਦਿੱਤੇ ਨੇ 10 ਰੁਪਈਏ ਕੋਈ ਆਪਣੇ ਮੁੰਡੇ ਨੂੰ ਨਹੀਂ ਦਿੰਦਾ 11-11,000 ਰੁਪਈਆ ਦਿੱਤਾ ਖਿਡਾਰੀਆਂ ਦੀ ਖਾਤਰ ਇਹ ਖਿਡਾਰੀਆਂ ਨੂੰ ਲੋਕਾਂ ਨੂੰ ਖਿਡਾਰੀਆਂ ਦੀ ਲੋੜ ਨਹੀਂ ਹੈਗੀ ਇਹ ਖਿਡਾਰੀ ਦਾ ਜੇ ਲੋਕ ਚਾਹੁਣ ਨਿੱਤ ਨਵਾਂ ਖਿਡਾਰੀ ਪੈਦਾ ਹੋ ਸਕਦਾ ਗਾ ਪਰ ਇਹ ਗੱਲ ਨੋਟ ਕਰ ਲੈਣ ਸਾਰੇ ਖਿਡਾਰੀ ਜੇ ਇੱਕ ਨਹੀਂ ਕਰਨਗੇ ਤਾਂ ਇਹ ਟੂਰਨਾਮੈਂਟ ਕੈਂਸਲ ਕਰ ਦਾਂਗੇ ਇਹ ਮੇਰਾ ਫੈਸਲਾ ਪਰਸਨਲੀ ਮੈਂ ਇੰਨੀ ਕੁ ਪਾਵਰ ਰੱਖਦਾ ਵੀ ਟੂਰਨਾਮੈਂਟ ਕੈਂਸਲ ਕਰ ਸਕਦਾ ਆ ਜਾਣ ਸਾਰੇ ਧੰਨਵਾਦ ਰਾਜਵਿੰਦਰ ਧੰਨਵਾਦ ਬਾਈ ਨੇ ਸਹੀ ਗੱਲ ਕੀਤੀ ਆ ਜਦੋਂ ਪੁੱਤ ਆਪਦੇ ਪਿਓ ਤੋਂ ਪੈਸੇ ਮੰਗਦਾ ਨਾ ਜਾਂ ਕੋਈ ਕਾਲਜ ਜਾਣ ਵਾਸਤੇ ਜਾਂ ਕਿਸੇ ਹੋਰ ਵਾਸਤੇ ਪਿਓ ਦੇ ਨਹੀਂ ਕੌੜਾ ਕੌੜਾ ਝਾਕਦਾ ਵੀ ਇਹਨੇ ਪੈਸੇ ਕਿਉਂ ਮੰਗ ਲਏ ਖਿਡਾਰੀਆਂ ਦੇ ਲਈ ਦੇਖੋ ਕਿਸੇ ਨੇ 11,000 ਦਿੱਤਾ ਕਿਸੇ ਨੇ 5 ਜਿਹਦੀ ਜਿੰਨੀ ਹੈਸੀਅਤ ਸੀ ਉਹਨਾਂ ਨੇ ਪੈਸੇ ਦਿੱਤੇ ਆ ਕਿਹਦੇ ਲਈ ਇਹ ਖਿਡਾਰੀਆਂ ਦੇ ਲਈ ਉਹ ਦੋ ਵੀਰ ਸਾਡੇ ਕੈਨੇਡਾ ਵਾਲੇ ਜਿਹੜੇ ਦਿਨ ਰਾਤ ਇੱਕ ਕਰਕੇ ਕੈਨੇਡਾ ਦੇ ਵਿੱਚ 18-18 ਘੰਟੇ ਕੰਮ ਕਰਨਾ ਪੈਂਦਾ ਉਹ ਸੌਂਦੇ ਵੀ ਨਹੀਂ ਤੇ ਟਾਈਮ ਨਾਲ ਰੋਟੀ ਵੀ ਨਹੀਂ ਖਾਂਦੇ ਉਹਨਾਂ ਨੇ ਟਰੈਕਟਰ ਦੇਣੇ ਆ ਉਹਨਾਂ ਦੀ ਤਾਂ ਆਪਾਂ ਕਦਰ ਪਾ ਲਈਏ ਆ ਮੈਚ ਕਰਵਾਓ ਜੀ ਤੇ ਸੈਮੀ ਫਾਈਨਲ ਦੀਆਂ ਟਾਈਆਂ ਪ੍ਰਦੀਪ ਗਰਾਊਂਡ ਟਾਈਆਂ ਪਾ ਦੇ ਤੇ ਸੈਮੀ ਫਾਈਨਲ ਦਾ ਜਿਹੜਾ ਦੋਨੇ ਸੈਮੀ ਫਾਈਨਲ ਹੋਣਗੇ ਜਿਹੜੀ ਟੀਮ 30.5 ਪੁਆਇੰਟ ਪਹਿਲਾਂ ਲਊਗੀ ਉਹ ਜੇਤੂ ਹੋਊਗੀ ਟਾਈਆਂ ਹੁਣੀ ਗਰਾਊਂਡ 'ਚ ਪਾ ਦਿਓ ਤਾਈਆਂ ਸੈਮੀ ਫਾਈਨਲ ਦੀਆਂ ਪਾਉਣ ਲੱਗੀਆਂ ਜੀ ਜੇਤੂ ਰੱਖ ਕੇ ਇਹਦੇ ਵਿੱਚੋਂ ਇਸ ਮੈਚ 'ਚੋਂ ਜੇਤੂ ਰੱਖ ਕੇ ਟਾਈਆਂ ਪਾਉਣ ਲੱਗੇ ਆ ਗਰਾਊਂਡ ਦੇ ਵਿੱਚ
जिहड़ा पहला सैमीफाइनल होना दर्शक वीरो एक बारी कन्न खोल लियो दिड़बा मंडी ते कौके ये स्वाद आऊ तो ताड़ी टका के मार दो फकर झंडा ते इन्हां दे विचों जेतू ਨਾਲ ਇੱਧਰ ਕਹਿੰਦੇ ਟੀਮ ਜਿਹੜੀ ਠੁੱਲੀ ਵਾਲਦੀ ਮੇਰੇ ਵੀਰੇ ਉਧਰ 33 ਵਾਲੀ ਸਾਈਡ ਹੈ ਤੇ ਦੂਸਰੇ ਪਾਸੇ ਜੰਗੀ ਆਣ ਦੀ ਟੀਮ ਇਹ ਆ ਨੌਜਵਾਨ ਜੱਸਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਇਹ ਆ ਗੁਰਪ੍ਰੀਤ ਸਿੰਘ ਜੰਗੀ ਆਣੇ ਦਾ ਨੌਜਵਾਨ ਨਾਲੇ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਬਣਾਈ ਹੈ ਗੁਰਪ੍ਰੀਤ ਜੰਗੀ ਆਣੇ ਦਾ ਜਿਹੜਾ ਖਿਡਾਰੀ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਵੀ ਤਕੜਾ ਖੇਡਿਆ ਨੌਜਵਾਨ ਇਸ ਵੇਲੇ ਜੱਸੇ ਦੀ ਪਾਈ ਹੋਈ ਕਬੱਡੀ ਤੇ ਕਹਿੰਦਾ ਗੁਰਪ੍ਰੀਤ ਦੋਨੋਂ ਖਿਡਾਰੀਆਂ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਆਓ ਵੇਖੋ ਸਾਹਮਣੇ ਲੱਗਿਆ ਪਿਆ ਜ਼ੋਰ ਸਮਾਂ ਬੀਤਦਾ ਜਾ ਰਿਹਾ ਹੈ ਔਰ ਵੇਖਣਾ ਨਹੀਂ ਗੱਲ ਕਿਹੋ ਜੀ ਹੁੰਦੀ ਹੈ ਬਣੀ ਧੂੜ ਵਾਲਾ ਕੀ ਇਸ਼ਾਰਾ ਕਰਦਾ ਇਸ ਪੁਆਇੰਟ ਦਾ ਵੀ ਇਹ ਪੁਆਇੰਟ ਗੁਰਪ੍ਰੀਤ ਨੇ ਆਪਣੀ ਟੀਮ ਲਈ ਜੋੜ ਦਿੱਤਾ ਪਾਲੀ ਦਾ ਪਿੰਡੂ ਨੌਜਵਾਨ ਅਮਰਤ ਹੋਣਾ ਦਾ ਪਿੰਡੂ ਹੈ ਸੋਨੀ ਫਤਿਹਗੜ੍ਹ ਛੰਨਾ ਪਿੰਡ ਹੈ ਬਿਲਕੁਲ ਭਵਾਨੀਗੜ੍ਹ ਦੇ ਲਾਗੇ ਜ਼ਿਲ੍ਹਾ ਪਟਿਆਲਾ ਇਸ ਨੌਜਵਾਨ ਦਾ ਮੇਰੇ ਵੀਰੋ ਪਟਿਆਲੇ ਦੀ ਕਹਿੰਦੇ ਖੂਬਸੂਰਤੀ ਹੋਈ ਉੱਥੋਂ ਦੀ ਪ੍ਰਸਿੱਧੀ ਹੈ ਮੇਰੇ ਵੀਰੋ ਰਾਜਾ ਮਹਾਰਾਜਾਂ ਦੀ ਧਰਤੀ ਹੈ ਉਸੇ ਜ਼ਿਲ੍ਹੇ ਦਾ ਇਹ ਨੌਜਵਾਨ ਜਿਸ ਧਰਤੀ ਨੇ ਗੁਰਲਾਲ दुनिया का महान कबड्डी खिलाड़ी पैदा किया है लो सोनी इस वे पाँदा होया कबड्डी तो दूजे पासे कहिंदे जफा लग चुका है लै भी ठूली वाली है जाफिया ना दसी भी गभरू की है यह है गांधी मेरे पंजाबी वीरो जिस नौजवान ने तकड़ा जफा ला के अपनी टीम के लिए पॉइंट का वादा किया है गांधी अपनी टीम के लिए एक पॉइंट का वादा करता होया अगली रेड खेड मैदान आप वेखिए यह है गिंदी मेरे पंजाबी वीरो एक कनी ते कहिंदे काली निकर दे विच गुरप्रीत जंगी आणा ते नाल कहिंदे दो नंबर तो नौजवान पाली इस वेले कोशिश करता होया है ते पॉइंट पाली जंगी आने वाले ने अपनी टीम दे लई जोड़ दिता है पॉइंट इस वेले जाफी दे हिस्से जा पॉइंट स्टॉपर दे हिस्से जा जुड़े है पॉइंट जिहड़ा है जाफी दे हिस्से जुड़दा होया है अगली कबड्डी सखमंदर पाउण दे लई खेड मैदान दे विच नौजवान तैयार है उधर पाली सरपंच भी कहिंदे रूमी वाला विशेष तौर ते पुज्जा होया है पाली सरपंच का मेला भी कहते अत होया है 9-11 के फैसले हुए हैं मेरे वीरो अज जेडे मेरे वीर स्टेज अगे खड़े ने बेनती करते भी हेठा बैठ जो गांधी मेरे वीरो पॉइंट जोड़ा है धावी ने अपनी टीम के हिस्से जोड़ दिता है पावे नौजवान अगली कबड्डी बग्गा नौजवान कहते इस वे कबड्डी पाने के लिए खेल मैदान वाधा होया उधर कत्ती है सहने वाला है नाल कहते कुलविंदर पाली ते गुरप्रीत चार जाफिया की चैन जी घूम रही है फोर ट्रैक्टर कहते बेस्ट रेडर के जाफी को दिते जाने हैं ਕਿਹੜੇ ਭਾਗਾਂ ਵਾਲੇ ਖਿਡਾਰੀ ਅੱਜ ਫੋਰ ਟਰੈਕਟਰਾਂ ਦੇ ਜੇਤੂ ਬਣਦੇ ਆ ਇਹ ਨੌਜਵਾਨ ਸਹਿਣੇ ਵਾਲਾ ਨੌਜਵਾਨ ਕੱਦੀ ਲਾ ਤਕੜਾ ਜੱਫਾ ਆਪਣੀ ਟੀਮ ਦੇ ਉਸੇ ਲੱਖਾ ਜਿਹਾ ਪੁਆਇੰਟ ਜੋੜਦਾ ਹੋਇਆ ਕੌਰਾ ਸੇਲਵਰਾ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚੱਲ ਵੀ ਸੇਲਵਰਾ ਵਾਲਿਆ ਤਾਂ ਵੀ ਨੌਜਵਾਨ ਨਾਲ ਕਬੱਡੀ ਕੌਰਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇਹ ਸੇਲਵਰਾ ਪਿੰਡ ਦਾ ਮੇਰੇ ਵੀਰ ਇਸ ਲਈ ਮਹਾਨ ਕਬੱਡੀ ਖਿਡਾਰੀ ਇਸ ਲਈ ਪਾ ਰਿਹਾ ਕਬੱਡੀ ਲੈ ਵੀ ਵੀਰਾ ਬੇਨਤੀ ਹੈ प्लीज हाथ बन के बेनती है प्रबंधकों भी इधरली साइड आ जाओ हूँ जोड़ा हल्ला गुला है वो रायकोट वाला काम होने लग पाया है मेरी बेनती है वीरो थोड़ा बजुर्ग देखो प्यार सत्कार के नाल वीरो थोड़ा प्यार है पिछले थोड़ा आपदे भार ते खड़े हो इन्हों का कोई कसूर नहीं टीम वाले का कसूर है जाल वाला वीर अपना जाल सामे जी आके जाल वाला वीर हाँ लाओ सामने इस वे कहते सोनी कबड्डी पाता होया साउंड वाला वीर आगे जरूर संपर्क करेगा इधर नौजवान सोनी ने पॉइंट जोड़िया है जिंदी अगली कबड्डी पाने के लिए फिर खेल मैदान नौजवान तैयार है कि जो तीर निशाने खुंज जे उकादा है तैयार ओदी जित हमेशा दोस्तों जो पहला करजे वार ओदी जित हमेशा दोस्तों जो पहला करजे वार ला पॉइंट गिंदी नौजवान ठुल्ली वाली टीम दे हिस्से जोड़दा होया है सकवंदर अगली कबड्डी पाउण दे लई वाधा होया लखवीर सिंह जी गरेवाल कनेडा वालों कहिंदे इक होर ट्रैक्टर दित्ता जा रहा है ते एक होर ट्रैक्टर कहिंदे संदीप खटड़ा कनेडा उन्हां वालों दिता जा रहा है स्वर्गवासी मास्टर कमलजीत सिंह दे परिवार वालों फर्स्ट प्राइज है ते जगजीत सिंह जी चाल कनेडा वालों सैकंड प्राइज उधर जफा कमाल दा यह तरनी नौजवान गभरू जिस ठूली वाली है तरनी ने जफा ला के अपनी टीम के लिए एक लखां जे पॉइंट का वादा किया कौके वर्सेज दिड़बा पहला सैमीफाइनल मैच खेडा जाना है
यह दोनों टीम बिना किसी देरी से ग्राउंड आ जाए, क्योंकि वर्ष दिड़वे दीमों मेरी बेनती है भी यह टीम बिना किसी देरी से ग्राउंड आना का पहला सैमीफाइनल मैच जिहड़ा खेल मैदान खेडा जाएगा, क्योंकि वर्ष दिड़वे दीमों मेरी बेनती है भी वह बिना किसी देरी से ग्राउंड आ जाए। लो खेड मैदान सेलवरा पिंड का कौरा इस वे पारिया कबड्डी सिख सरदार गभरू के लैके कलगी धरतों थापड़ा दिता चरनी सीस नवा बंदा सिंह बहादुर बन गया कम देते गया खून अखा में आ। लो गांधी इस वे ला तकड़ा जफा अपनी टीम के लिए पाने का वादा कर रहा है। वह जेते ठूली आल की टीम का प्रदर्शन वधिया लग्या, ताड़ी मार के जरूर दस दौ नवी टीम है ना, हौसला बधाओ थोड़े इलाके की टीम है आने वाले समय के इन्हों ने स्टार बनना है। लो वेखो मेरे वीरो खेड मैदान नौजवान गभरू इस वे गिंदी कबड्डी पाउण दे लई वधिया है, गिंदी ने कहिंदे कबड्डी पाई है ते कद्दी सोहणे वाले नौजवान दे नाल मुकाबला मेरे वीरे हो चुका है ते पॉइंट जिहड़ा धावी ने अपनी टीम दे उस जोड़ दिता है। सोनी फतेहगढ़ छन्ना दा खेड मैदान दे विच कबड्डी पाउण दे लई तैयार है कि मुंडे बुशपुट गभरू ने शहर पटियाले दे मर जाना मानवी खिलाड़ी बड़ा बड़ा सी बागां वाले शहर पटियाले जी दा अड्डा सी बागां वाले शहर पटियाले जी दा अड्डा सी लाओ सामने पई हुई पटियाले वाले दी कबड्डी फुल्ली वाली नौजवान पूरी कोशिश कर रहा है पर सफलता इसलिए धावी के कदम चुम रही है। पॉइंट नौजवान धावी ने अपनी टीम के उससे जोड़ दिता है। कबड्डी 365.com से पूरी दुनिया जी जुड़ी हुई है अज कठाले के कबड्डी कप का आनंद माणिया जा रहा है। प्रदीप टैणे उन्होंने हैप्पी सिद्धू उन्होंने बहुत बहुत धन्यवाद है। इधर कहते जस्से ने कबड्डी पाई है हूँ वेखना भी चौं जाफियों के गुरप्रीत जंगियाने का हरवंश सिंह गिल का पुत्र नौजवान खेल मैदान ला पाओ जफा दौरे शहीद भगत सिंह की फोटो बनाई है कि साडे दिल ते भगत सिंह लिखिया कागजों की लोड़ कोई ना, उस मान शहीद की मेरी वीरो तस्वीर जी इस नौजवान ने अपने दौले से बनाई है। सिकमंदर अगली कबड्डी पाउण दे लई फिर खेड मैदान वाधा होया कल पांच ग्राई खुरते रौनक लगनगी है ते 31 तरीक रौंदे ने कबड्डी कप दी ते 1 नू रसूलपुर दे विच मेरे वीरो रौनक लगनगी आप सब नू सद्दे है ते 5 तरीक खवाज के दे कबड्डी मेले दी है जिते खंट वाले ने गल वखरी करनी है। रवि सरपंच हुणी आप सब नू सद्दा दे रहे हैं। इधर नौजवान धावी कबड्डी पाउण दे लई वधा रहा गिंदी चार जाफियां दे विचों वेखणा नी इह आ पाली मेरे वीरो पाली नौजवान ला जफा अपनी टीम दे उसे लखा जा पॉइंट जोड़ता होया अगली कबड्डी कौरा पाउण दे लई वाधा होया। सेलवरा पिंड दा कौरा मेरे पंजाबी वीरो इस वेले कबड्डी पाउण दे लई खेड मैदान दे विच वाधा होया। कल कहिंदे चोटियां पिंड दे विच भी ब्रेटियां दे लागे 61,000 ते 41,000 दे प्राइज दिते जाणगे ते बेस्ट रेट ते जाफी नूं मोटरसाइकिल दे मान सम्मान होणगे। ओ खेड मैदान लग गया जफा लो पॉइंट इस वेले जाफी रेस से जा जुड़िया। चल भी किंदी पा भी नौजवान कबड्डी लो गिंदी मेरे वीरे इस वेले ठूलीवाल पिंड दा जिथों दा जस्सी मैनीटोबा दे विनीपेग शहर जा वसिया है उस पिंड दा नौजवान गभरू इस वेले पा रहा कबड्डी ते गुरप्रीत जंगियाने वाला उच्चे लंबे कद दे विच कहिंदे स्वर्ग आ हरवंश सिंह गिल दा पुत्र जफा नहीं ला सकिया ते पॉइंट धावी दे हिस्से जा जुड़िया है। पॉइंट इस वेले रेडर